रमजान आपको मुबारक हो। आज तीसरा हो गया है, मैं दो दिन वीडियो ही नहीं बनाई, ये तो आज बना लगी हैं समोसे, ये ना रोजे खुला ले इसलिए। खुदावन करीम से ये खैर खरीदनी चाहती हूँ कि खुदावन करीम आपके अच्छे अच्छे रोजे गुजारे, सेहत तंदुरुस्ती के ना। बच्चों ये मैं पेड़े बना रही हूँ, नमक है अच्छा जी, मैं गल होर कहना चाहती सी, मिंटो फैमिली बहुत प्यारी है, पंजे भाई और माँ की अम्मी और अबू सब प्यारे हैं, बहुत अच्छे बंदे ने, तफाक आए प्यार मुहब्बत आए, तो मैंने शुरू तो ही बहुत पसंद ने, मैं दो तीन साल देख रही हाँ, अच्छे बंदे ने जेडे अच्छे बंद जिन्हें तो उम्मीद नहीं ना होंगी, वो आख अक्सर काम आ जाते हैं। मैं इन्होंने फोन किए मैसेज किए किसी अज तक जवाब नहीं दिता, तो उन्होंने मैं एवं बस के जवाब मैसेज किया,
ਬੇਉਮੀਦ ਹੋ ਕੇ ਮੈਂ ਕਿਹਾ ਉਹਨਾਂ ਕਿਹੜਾ ਜਵਾਬ ਦੇਣਾ, ਨਾ ਹੁਣ ਗਰੀਬ ਕਿਸੇ ਦੀ ਗੱਲ ਸੁਣਦਾ ਤੇ ਨਾ ਅਮੀਰ। ਯੂਟਿਊਬ ਤੇ ਜਾ ਕੇ ਤੇ ਸਾਰੇ ਹੀ ਲੋਰ ਲੱਗ ਗਈ ਆ ਤੇ ਕਿਸੇ ਦੇ ਕੰਮ ਕੋਈ ਵੀ ਨਹੀਂ ਆਉਂਦਾ ਤੇ ਨਾ ਗੱਲ ਸੁਣਦਾ, ਤੇ ਮੈਂ ਉਹਨਾਂ ਦੇ ਜ਼ਰਾ ਉਮੀਦ ਨਹੀਂ ਸੀ ਕਿ ਉਹ ਗੱਲ ਸੁਣਨਗੇ। ਉਹਨਾਂ ਮੇਰੀ ਗੱਲ ਦਾ ਜਵਾਬ ਦਿੱਤਾ, ਮੇਰੇ ਨਾਲ ਗੱਲ ਕੀਤੀ ਆ, ਫੌਰਨ ਉਹਨਾਂ ਨੇ ਮੈਨੂੰ ਨੰਬਰ ਦਿੱਤਾ। ਉਹਨਾਂ ਦਾ ਵੱਡਾ ਬੇਟਾ ਔਰ ਬੇਗਾ ਵਾ, ਅੱਲਾਹ ਉਹਨਾਂ ਦੀ ਲੰਬੀ ਉਮਰ ਕਰੇ, ਸਵਾਂ ਸਾਲਾਂ ਤੇ ਜੀਣ, ਅੱਲਾਹ ਇੰਨੀਆਂ ਤਰੱਕੀਆਂ ਦੇਵੇ ਨਾ। ਮੈਂ ਕਹਿੰਦੀ ਅੱਲਾਹ ਦੀ ਜ਼ਾਤ ਉਹਨਾਂ ਨੂੰ 10 ਬੰਗਲੇ ਦੇਵੇ, ਗੱਡੀਆਂ ਦੇਵੇ ਬੇਸ਼ੁਮਾਰ, ਕੇ ਲੋਕ ਉਹਨਾਂ ਦੇ ਕਦਮੀ ਲੱਗਣ। ਇੰਨੀ ਮੈਨੂੰ ਖੁਸ਼ੀ ਹੋਈ ਹੈ ਨਾ, ਬੇਸ਼ੁਮਾਰ ਮੈਂ ਇਕੱਲੇ ਇਕੱਲੇ ਬੰਦੇ ਨੂੰ ਦੱਸਦੀ ਹਾਂ ਜਿਹੜੀਆਂ ਤੋਂ ਸਾਡੇ ਘਰ ਆਉਂਦੀਆਂ ਜਾਂਦੀਆਂ, ਕਿ ਬਹੁਤ ਅੱਛੇ ਬੰਦੇ ਨੇ, ਬਹੁਤ ਨੇਕ ਨੇ, ਬਹੁਤ ਬੀਬੇ ਨੇ, ਅਤੇ ਦਿਲ 'ਚ ਇੰਨੀ ਕੁ ਖੁਸ਼ੀ ਆ ਨਾ ਕਿ ਕੋਈ ਇੰਤਹਾ ਹੀ ਨਹੀਂ। ਮੈਂ ਇੰਨੀ ਬਿਮਾਰ, ਮੇਰੀ ਤਬੀਅਤ ਖਰਾਬ ਸੀ, ਕੱਲ੍ਹ ਮੈਂ ਹਸਪਤਾਲ ਸੀ ਸਾਰਾ ਦਿਨ, ਅਤੇ ਇਹਨਾਂ ਦੀ ਗੱਲ ਦੇ ਨਾਲ ਮੈਨੂੰ ਖੁਸ਼ੀ ਦੇ ਨਾਲ ਨਾਲ ਮੇਰੀ ਬਿਮਾਰੀ ਤਕਲੀਫ ਭੁੱਲ ਗਈ ਆ। ਅੱਲਾਹ ਉਹਨਾਂ ਨੂੰ ਸਦਾ ਆਬਾਦ ਰੱਖੇ ਅਤੇ ਸਦਾ ਖੁਸ਼ ਰੱਖੇ, ਅਤੇ ਵਸਦੇ ਖਟਦੇ ਰਹਿਣ ਅੱਲਾਹ ਦੇ। ਬਾਕੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਬੇਟੀ ਔਰ ਬੇਟੇ ਸਬਰ, ਆਪਕੀ ਬੇਗਮ ਦੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਮੇਰੀ ਗੱਲ ਸੁਣੀ ਆ। ਮਾੜੀ ਆ, ਬੇਵਾ ਔਰਾਂ ਤਾਂ ਚੱਲ ਫਿਰ ਨਹੀਂ ਸਕਦੀ, ਮਜਬੂਰ ਆ, ਅਤੇ ਤੁਹਾਡੀ ਬੜੀ ਮਿਹਰਬਾਨੀ, ਮਰਦੇ ਦਮ ਤਾਈਂ ਮੇਰੀਆਂ ਹੱਡੀਆਂ ਵੀ ਭਾਣਾ ਗਾਵਾਂ ਰਹਿਣਗੀਆਂ। ਮੈਨੂੰ ਇੰਨੀ ਖੁਸ਼ੀ ਹੋਈ ਹੈ ਤੁਸੀਂ ਗੱਲ ਕੀਤੀ ਮੇਰੇ ਨਾਲ, ਇਨਸ਼ਾਅੱਲਾ ਤਾਲਾ ਤੁਸੀਂ ਮੇਰੀ ਗੱਲ ਸੁਣੀ ਆ, ਅਤੇ ਮੈਨੂੰ ਤੁਹਾਡੇ 'ਤੇ ਬੜੀ ਉਮੀਦ ਹੈ ਅਤੇ ਬੜਾ ਮਾਣ ਹੈ ਕਿ ਤੁਸੀਂ ਅੱਗੇ ਵੀ ਮੇਰੀ ਗੱਲ ਸੁਣੋਗੇ। ਅਤੇ ਅਗਰ ਤੁਹਾਡਾ ਦਿਲ ਮੰਨੇਗਾ, ਇਸ ਬੇਵਾ ਮਾਂ ਦੀ ਥੋੜ੍ਹੀ ਕੁ ਮਦਦ ਕਰ ਦਿਓ, ਮੈਨੂੰ ਸਪੋਰਟ ਕਰ ਦਿਓ। 1.5 ਸਾਲ ਹੋ ਗਿਆ ਚੈਨਲ ਬਣਾਇਆ ਨੂੰ, ਅਤੇ 50 ਮੇਰੇ ਝੂੰਗੇ ਝੂੰਹਲੇ ਆ ਲੋਕ ਜਿਹੜੇ ਸਿਖਰਾਜਾ ਹੁੰਦੇ ਆ। ਇੰਨੇ ਮੇਰਾ ਖਾਨਦਾਨ ਹੈ ਨਾ, ਕੁੱਤਿਆਂ ਜਿੰਨਾ ਭਰਿਆ ਪਿਆ, ਜਿਹੜੀ ਸਿੱਧੀ ਗੱਲ ਆ, ਅਤੇ ਮੈਨੂੰ ਇੰਨਾ ਮਾਣ ਸੀ, ਮੈਂ ਕਿਹਾ ਮੇਰੇ ਤਾਂ ਮੀਟਾਂ ਸਕੀਟਾਂ ਜੀ ਹੋ ਜਾਣੇ ਆ, ਅਤੇ ਉਹ ਜਿੰਨੇ ਮੇਰੇ ਬਹੁਤੇ ਸੀ ਨਾ, ਉੱਨੀ ਮੈਂ ਨਾ ਕਹਿੰਦੇ ਆ, ਦਿਲ ਵੀ ਟੁੱਟ ਗਿਆ ਅਤੇ ਖਰਾਬ ਹੋ ਗਿਆ, ਸਾਰੇ ਸੜਾਂ ਵਾਲੇ ਲੋਕ ਬਹੁਤੇ ਅੱਗੇ ਲਾ ਨਾ ਰਹੇ, ਬਰਦਾਸ਼ਤ ਨਹੀਂ ਕਿਸੇ ਨੂੰ ਕੋਈ ਨਹੀਂ ਕਰਦਾ, ਉਲਟਾ ਮੈਨੂੰ ਗੱਲਾਂ ਕਰਦੇ ਆ, ਇਹ ਕੀ ਨੈੱਟ 'ਤੇ ਆਉਣ ਲੱਗ ਗਈ ਆ, ਇਹ ਕੀ ਕਰਦੀ ਆ, ਇਹ ਕੀ ਕਰਦੀ ਆ। ਮੈਂ ਫਿਰ ਇੱਕ ਦਿਨ ਬੋਲੀ, ਮੈਂ ਕਿਹਾ ਦੁਨੀਆ ਦੀ ਔਲਾਦ ਬੱਚੇ ਨਹੀਂ ਜਾਂ ਉਹਨਾਂ ਦੀ ਇਸਤਾਂ ਕੋਈ ਨਹੀਂ, ਮੈਂ ਕਿਹਾ ਬਹੁਤ ਅੱਲੋ ਘਰ ਆ ਕਿ ਜਿਹੜੀ ਮੈਨੂੰ ਇੱਡੀ ਆਉਂਦੀ ਹੈ, ਇਸ ਤੋਂ ਨਹੀਂ ਨਾ ਸਮਝਦੇ, ਆਪਣੇ ਨਾਲ ਬਰਦਾਸ਼ਤ ਹੀ ਨਹੀਂ ਕਰਦੇ। ਤੁਸੀਂ ਮੇਰੀ ਮਦਦ ਕੀਤੀ ਹੈ, ਗੱਲ ਕੀਤੀ ਹੈ, ਮੇਰੀ ਵਾਰ 'ਤੇ ਤਾਂ ਇੱਦਾਂ ਹੈ ਨਾ ਜਿਵੇਂ ਪਤਾ ਨਹੀਂ ਕਿੰਨੇ ਕਈ ਇੱਦਾਂ ਚੰਨ ਚੜ੍ਹ ਗਏ ਆ। ਅੱਲਾਹ ਤੁਹਾਨੂੰ ਹੱਸਦਿਆਂ ਮੁਸਕਰਾਉਂਦਿਆਂ ਹੀ ਰੱਖੇ, ਸਦਾ ਹੀ ਰੱਖੇ, 24 ਘੰਟੇ ਹੀ ਰੱਖੇ। ਪਿਆਰੀ ਪਿਆਰੀ ਬੇਟੀਏ, ਪਿਆਰੇ ਪਿਆਰੇ ਬੇਟੋ, ਸਭ ਨੂੰ ਰਮਜ਼ਾਨ ਮੁਬਾਰਕ ਹੋਵੇ, ਅੱਜ ਤੀਸਰਾ ਰੋਜ਼ਾ ਮੁਬਾਰਕ ਹੋਵੇ। ਅੱਲਾਹ ਦੀ ਜ਼ਾਤ ਹਰ ਦਿਨ ਨਸੀਬਾਂ 'ਚ ਕਰੇ ਰੱਖਣਾ, ਅੱਲਾਹ ਦੀ ਜ਼ਾਤ ਸਭ ਨੂੰ ਖੁਸ਼ੀਆਂ ਦੇਵੇ, ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਇਹ ਫਤਾਰੀ ਕਰਵਾਈ ਸੀ, ਰੋਜ਼ੇ ਅਸੀਂ ਘਰਾਂ 'ਚ ਭੇਜੇ ਆ ਖਲਾਉਣ ਵਾਸਤੇ, ਜਰਾ ਦੇਰ ਹੋ ਗਈ ਸੀ, ਜਲਦੀ ਨਾਲ ਅਸੀਂ ਘਰਾਂ 'ਚ ਭੇਜੇ ਆ, ਫਤਾਰੀ ਕੀਤੀ ਆ, ਮੁਬਾਰਕ ਹੋ ਗਿਆ ਸੀ। ਅਤੇ ਅੱਜ ਕੇ ਦਿਨ ਕੇ ਲਈ ਫਿਰ ਇਤਨਾ ਹੀ ਕਾਫੀ ਹੈ, ਜ਼ਿੰਦਗੀ ਰਹੀ ਤਾਂ ਕੱਲ੍ਹ ਨੂੰ ਨਿਗਾਹਾਂ ਨਹੀਂ ਰਹੇ ਸੀ ਕਿ ਸਾਰਾ ਸ਼ੁਕਰੀਆ ਅੱਲਾਹ ਦੀ ਜ਼ਾਤ। ਪਾਕਿਸਤਾਨ ਜ਼ਿੰਦਾਬਾਦ, ਪਾਕ ਫੌਜ ਜ਼ਿੰਦਾਬਾਦ।